ਸਤਿ ਸ਼੍ਰੀ ਅਕਾਲ ਜੀ। ਕੀ ਤੁਹਾਡੀ ਗਾਂ ਜਾਂ ਫਿਰ ਹੀਫੜ ਦੇ ਵਿੱਚ ਜਦੋਂ ਡਾਕਟਰ AI ਕਰਨ ਆਉਂਦੇ ਨੇ ਤੇ ਉਹਨਾਂ ਦੀ ਗੱਲ ਕ੍ਰੋਸ ਨਹੀਂ ਹੁੰਦੀ? ਇਹ ਜਿਹੜੀ ਪ੍ਰੋਬਲਮ ਹੈ ਇਹਨੂੰ ਅਸੀਂ ਕਿਵੇਂ ਠੀਕ ਕਰ ਸਕਦੇ ਹਾਂ? ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇਹਦਾ ਪੂਰਾ ਸਲਿਊਸ਼ਨ ਮਿਲੇਗਾ। ਤੁਸੀਂ ਸਿਰਫ ਇੱਕ ਕੰਮ ਕਰਨਾ, ਜੇ ਚੈਨਲ ਤੇ ਨਵੇਂ ਹੋ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਵੀਡੀਓ ਨੂੰ ਪਲੀਜ਼ ਲਾਈਕ ਜ਼ਰੂਰ ਕਰਦਾ ਕਰੋ, ਕਿਉਂਕਿ ਤੁਹਾਡੀ ਲਾਈਕਸ ਦੇ ਨਾਲ ਸਾਨੂੰ ਪਤਾ ਲੱਗਦਾ ਕਿ ਤੁਹਾਨੂੰ ਵੀਡੀਓਸ ਪਸੰਦ ਆ ਰਹੀਆਂ ਨੇ, ਸਾਡਾ ਕੰਮ ਪਸੰਦ ਆ ਰਿਹਾ। ਤੇ ਫਿਰ ਚਲੋ ਗੱਲ ਕਰਦੇ ਹਾਂ ਇਸ ਬਾਰੇ ਦੇ ਵਿੱਚ। ਇਹਦੀ ਜਿਹੜੀ ਨੌਲੇਜ ਹੈ ਨਾ, ਆਮ ਤੌਰ ਤੇ ਵੈਟਨਰੀ ਡਾਕਟਰਸ ਨੂੰ ਨਹੀਂ ਹੁੰਦੀ। ਉਹ ਸਿਰਫ ਤੁਹਾਨੂੰ ਇੰਨਾ ਕੁ ਦੱਸ ਜਾਂਦੇ ਆ ਕਿ ਸਾਡੀ ਜਿਹੜੀ ਗਰਮ ਹੈ ਨਾ, ਉਹ ਗਾਂ ਦੇ ਜਾਂ ਫਿਰ ਹੀਫਰ ਦੇ ਜਿਹੜੇ ਯੂਟਰਸ ਦੇ ਰਿੰਗਸ ਹੁੰਦੇ ਆ, ਬੱਚੇਦਾਨੀ ਦੇ ਵਿੱਚ ਆਮ ਤੌਰ ਤੇ 3 ਤੋਂ 4 ਰਿੰਗਸ ਹੁੰਦੇ ਨੇ, 3 ਤੋਂ 4 ਰਿੰਗਸ ਹੁੰਦੇ ਨੇ। ਇਹਨਾਂ ਦੇ ਵਿੱਚ ਉਹਦੀ ਗੰਨ ਕ੍ਰੋਸ ਕਰਕੇ ਫਿਰ ਅੰਦਰ ਯੂਟਰਸ ਦੇ ਵਿੱਚ ਜਾਂਦੀ ਹੈ, ਫਿਰ ਉੱਥੇ ਅਸੀਂ ਸੀਮਨ ਜਿਹੜਾ ਹੁੰਦਾ ਉਹ ਛੱਡਣਾ ਹੁੰਦਾ। ਕਈਆਂ ਹੀ ਫਰਾਂ ਦੇ ਗਾਵਾਂ ਦੇ ਰਿੰਗਸ ਇੰਨੇ ਟਾਈਟ ਹੁੰਦੇ ਨੇ, ਇੰਨੇ ਜ਼ਿਆਦਾ ਸਟਰੋਂਗ ਹੁੰਦੇ ਨੇ ਕਿ ਉਹਨਾਂ ਦੇ ਵਿੱਚੋਂ ਦੀ ਜਿਹੜੀ ਗੰਨ ਹੈ ਉਹ ਕ੍ਰੋਸ ਨਹੀਂ ਹੁੰਦੀ। ਜੇ ਗੰਨ ਕ੍ਰੋਸ ਹੀ ਨਹੀਂ ਹੋਏਗੀ ਤੇ ਫਿਰ ਤੁਸੀਂ ਗਾਂ ਜਾਂ ਹੀ ਫਿਰ ਨੂੰ ਪ੍ਰੈਗਨੈਂਟ ਕਿਵੇਂ ਕਰਾਓਗੇ? ਸੋਲਿਊਸ਼ਨ ਸਿੰਪਲ ਜਿਹਾ ਹੈ। ਆਪਾਂ ਇੰਜੈਕਸ਼ਨ ਦਾ ਇਸਤੇਮਾਲ ਕਰ ਸਕਦੇ ਹਾਂ, ਹਾਰਮੋਨ ਦਾ, ਜਿਹਦੇ ਨਾਲ ਜਿਹੜੀ ਗਾਵਾਂ ਦੇ ਜਿਹੜੀ ਯੂਟਰਸ ਦੀ ਟੋਨ ਹੈ ਨਾ ਉਹਦੇ ਵਿੱਚ ਵਾਧਾ ਹੁੰਦਾ, ਜਿਹੜੇ ਉਹਨਾਂ ਦੇ ਰਿੰਗਸ ਹੁੰਦੇ ਆ ਉਹ ਰਿਲੈਕਸ ਹੋ ਜਾਂਦੇ ਨੇ, ਥੋੜੇ ਲੂਜ਼ ਹੋ ਜਾਂਦੇ ਨੇ, ਜਿਹਦੇ ਕਰਕੇ ਜਿਹੜੀ ਗੰਨ ਹੈ ਉਹ ਸੌਖਾ ਅੰਦਰ ਕ੍ਰੋਸ ਕਰ ਜਾਂਦੀ ਹੈ। ਇਹਦਾ ਕੋਈ ਜ਼ਿਆਦਾ ਮਸਲਾ ਨਹੀਂ ਹੁੰਦਾ। ਮਤਲਬ ਆਪਾਂ ਇਹ ਨਹੀਂ ਕਹਿ ਸਕਦੇ ਸਾਡੀ ਹੀਫਰ ਜਾਂ ਸਾਡੀ ਗਾਂ ਦੇ ਵਿੱਚ ਕੋਈ ਪ੍ਰੋਬਲਮ ਹੈ ਜਿਹਦੇ ਕਰਕੇ ਉਹਦੇ ਰਿੰਗਸ ਦੇ ਵਿੱਚੋਂ ਗੰਨ ਕ੍ਰੋਸ ਨਹੀਂ ਹੁੰਦੀ। ਕਈਆਂ ਗਾਵਾਂ ਜਾਂ ਫਿਰ ਹੀਫਰਾਂ ਦੀ ਜਿਹੜੀ ਮਸਲ ਦੀ ਟੋਨ ਹੈ ਨਾ ਉਹ ਬੜੀ ਜ਼ਿਆਦਾ ਹੁੰਦੀ ਹੈ, ਜਿਹਦੇ ਕਰਕੇ ਉਹ ਬੜਾ ਜ਼ਿਆਦਾ ਫੜ ਕੇ ਰੱਖਦੀਆਂ ਨੇ ਰਿੰਗਸ ਜਿਹੜੀਆਂ ਹੁੰਦੀਆਂ ਨੇ ਯੂਟਰਸ ਨੂੰ, ਤੇ ਉਹ ਤਾਂ ਕਰਕੇ ਗੰਨ ਕ੍ਰੋਸ ਨਹੀਂ ਹੁੰਦੀ। ਜੇ ਆਪਾਂ ਉਹਨਾਂ ਨੂੰ ਰਿਲੈਕਸ ਕਰ ਦਈਏ ਤੇ ਗੰਨ ਜਿਹੜੀ ਹੈਗੀ ਉਹ ਬੜੇ ਸੌਖੇ ਤਰੀਕੇ ਦੇ ਨਾਲ ਕ੍ਰੋਸ ਹੋ ਜਾਂਦੀ ਹੈ। ਇੱਕ ਆਪਾਂ ਇਹਦੇ ਵਿੱਚ ਇਸਤੇਮਾਲ ਕਰਦੇ ਹਾਂ ਆਕਸੀਟੋਸਿਨ ਦਾ। ਆਕਸੀਟੋਸਿਨ ਤੁਸੀਂ 5 ml ਦਾ ਇੰਜੈਕਸ਼ਨ ਤੁਸੀਂ ਲਾ ਸਕਦੇ ਹੋ। ਥੋੜੀ AI ਤੋਂ ਥੋੜੀ ਦੇਰ ਪਹਿਲਾਂ ਤੁਸੀਂ ਲਾ ਲਓਗੇ ਤੇ ਫਿਰ ਤੁਹਾਨੂੰ ਜਿਹੜੀ AI ਦੇ ਟਾਈਮ ਦੇ ਉੱਤੇ ਗੰਨ ਜਿਹੜੀ ਹੈਗੀ ਉਹ ਬੜੀ ਸੌਖੀ ਕ੍ਰੋਸ ਹੋ ਜਾਂਦੀ ਹੈ। ਇਹਦੇ ਨਾਲ ਬਹੁਤ ਵਧੀਆ ਰਿਜ਼ਲਟ ਜਿਹੜੇ ਹੈਗੇ ਵੇਖਣ ਨੂੰ ਮਿਲਦੇ ਆ ਉਹਨਾਂ ਹੀ ਫਰਾਂ ਜਾਂ ਗਾਵਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਗੰਨ ਕ੍ਰੋਸ ਨਹੀਂ ਹੁੰਦੀ। ਇੱਕ ਤਾਂ ਹੈਗਾ ਆਕਸੀਡੋਸਿਨ, ਇੱਕ ਹੁੰਦਾ ਐਪੀਡੋਸਿਨ। ਐਪੀਡੋਸਿਨ ਜਿਹੜਾ ਇੰਜੈਕਸ਼ਨ ਹੈ ਨਾ, ਇਹਨਾਂ ਦੋਨਾਂ ਇੰਜੈਕਸ਼ਨਾਂ ਦੀ ਜਿਹੜੀ ਲਿੰਕ ਹੈ ਨਾ ਉਹ ਮੈਂ ਥੱਲੇ ਤੁਹਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਪਾ ਦਾਂਗੀ, ਉਹ ਤੁਸੀਂ ਦੇਖ ਸਕਦੇ ਹੋ ਕੀ ਨਾਂ ਹੈ ਤੇ ਕਿੰਨੇ ਰੇਟ ਦੇ ਉੱਤੇ ਤੁਹਾਨੂੰ ਮਿਲ ਸਕਦਾ ਹੈ। ਤੁਸੀਂ ਫਿਰ ਇਹ ਨਾਂ ਨੋਟ ਕਰ ਲਿਓ ਤੇ ਕਿਸੇ ਵੀ ਵੈਟਨਰੀ ਮੈਡੀਕਲ ਸਟੋਰ ਤੋਂ ਤੁਸੀਂ ਫਿਰ ਜਾ ਕੇ ਇਹਨੂੰ ਲੈ ਸਕਦੇ ਹੋ। ਲਿੰਕ ਥੱਲੇ ਦਿੱਤੀ ਹੋਏਗੀ, ਉਹ ਤੁਸੀਂ ਜ਼ਰੂਰ ਚੈੱਕਆਊਟ ਕਰ ਲਿਓ। ਤੇ ਐਪੀਡੋਸਿਨ ਜਿਹੜਾ ਹੈਗਾ 10 ml ਦਾ ਇੰਜੈਕਸ਼ਨ ਆਉਂਦਾ, ਉਹ ਤੁਸੀਂ AI ਤੋਂ ਘੱਟੋ ਘੱਟ 20 ਤੋਂ 25 ਮਿੰਟ ਜਾਂ ਫਿਰ ਅੱਧਾ ਘੰਟਾ ਪਹਿਲਾਂ ਲਾਓਗੇ ਆਪਣੀ ਗਾਂ ਫਿਰ ਜਾਂ ਫਿਰ ਹੀਫਰ ਨੂੰ, ਤੇ ਉਹਦੇ ਰਿੰਗਸ ਦੇ ਵਿੱਚੋਂ ਗੰਨ ਤੁਹਾਡੀ ਬੜੇ ਹੀ ਸੌਖੇ ਤਰੀਕੇ ਦੇ ਨਾਲ ਕ੍ਰੋਸ ਹੋ ਜਾਏਗੀ, ਆਮ ਵਾਂਗੂ ਕ੍ਰੋਸ ਹੋ ਜਾਏਗੀ ਜਿੱਦਾਂ ਤੁਹਾਡੇ ਬਾਕੀ ਹੋਰ ਦੇ ਵਿੱਚ ਬੜੀ ਸੌਖੀ ਗੰਨ ਕ੍ਰੋਸ ਹੁੰਦੀ ਹੈ। ਤੁਹਾਨੂੰ AI ਕਰਨ ਲੱਗਿਆ ਕੋਈ ਵੀ ਪਰੇਸ਼ਾਨੀ ਨਹੀਂ ਆਏਗੀ। ਤੇ ਜਿਹੜੇ ਵੈਟਨਰੀ ਡਾਕਟਰਸ ਨੂੰ ਇਹਨਾਂ ਦਾ ਨਹੀਂ ਪਤਾ ਜਾਂ ਫਿਰ ਜੇ ਕੋਈ ਵੈਟਨਰੀ ਡਾਕਟਰ ਦੇਖਦੇ ਪਏ ਨੇ ਉਹ ਪਲੀਜ਼ ਤੁਸੀਂ ਨੋਟ ਕਰ ਲਿਓ, ਕਿਉਂਕਿ ਇਹ ਤੁਹਾਡੇ ਸਾਹਮਣੇ ਆਉਣ ਵਾਲੀ ਬਾਰ ਬਾਰ ਪ੍ਰੋਬਲਮ ਹੈ। ਤੇ ਕਿਸੇ ਵੀ ਡੇਅਰੀ ਫਾਰਮਰ ਨੂੰ ਕੋਈ ਪ੍ਰੋਬਲਮ ਨਾ ਹੋਵੇ ਤੇ ਤੁਸੀਂ ਇਸ ਕਰਕੇ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਆਪਾਂ ਮਿਲਾਂਗੇ ਕੱਲ ਨੂੰ ਇੱਕ ਨਵੀਂ ਵੀਡੀਓ ਦੇ ਨਾਲ। ਤਦ ਤੱਕ ਤੁਸੀਂ ਆਪਣਾ ਖਿਆਲ ਰੱਖੋ, ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ। ਥੈਂਕ ਯੂ।